हेलो। हेलो। हाँ जी वाहेगुरु जी, हाँ जी, मेरी गल भाई सुखजीत सिंह खोसा जी हो रही है। हरप्रीत मैं सुरजीत सिंह सिंह बोल रहा। महू अर्ज कर रहे हैं जी। वाहेगुरु जी का खालसा, वाहेगुरु जी की फतेह। एक वाहेगुरु जी का खालसा, वाहेगुरु जी की फतेह। जी घटना तुहाड़े तक भी पहुंची होवेगी। पटियाले दी धरती ते पावन स्थान है गुरुद्वारा दुख निवारण साहिब। जी ते गुरुद्वारा दुख निवारण साहिब विखे कल रात एक घटना वापरती है। एक लड़की पता लग्या भी शराब की बोतल लैके परिक्रमा दे विच बैठ के सरोवर के कंढे ते पीण दा यतन करदी है। जी संगत वालों उस लड़की नूं फड़ लिया जांदा है। तो उस तो बाद एक श्रद्धालु वालों गोलियां मार के उसनूं मार दिता जांदा है। जी एक घटना काफी पंथक शफा दे विच भी फैली है। कई प्रकार के सवाल भी उठे ने। ते तुसीं इस पूरे मामले नूं किवें वेखदे हो? तुहानूं की लगता है भी अणगहली की है, गलती की है? ते आखिरकार इहो जिहा घटनावां गुरुद्वारा साहिब दे जिहड़ा अंदर हाल कह लो जां गुरुद्वारा साहिब दी बाउंड्री कह लो, उहदे विच इहो जिहा घटनावां क्यों वापर रहियां ने? देखो जी, आए दिन इहो जिहां घटनावां वापर रहियां ने। पर पहली गल ये आ भी बीबी जिहड़ी उह कही आ लड़की जी शराब लै के अंदर, शराब पींदी तां सानूं दिसी आ, परंतु सवाल इत्थे पैदा हुंदा वी शराब लै के जांदी सानूं क्यों नहीं दिसी। जी अक्सर हुण शराब दी बोतल उहदे मतलब जिहड़ी उहदी डेड बॉडी दिसदी आ, उहदे कोल कोई बैग नहीं हैगा, कोई पर्स नहीं हैगा, जी ते की ਇਦਾਂ ਦੇ ਪ੍ਰੋਵੀਜ਼ਨ ਨਹੀਂ ਅਸੀਂ ਕਰ ਸਕਦੇ ਕਿ ਜਿਹੜੇ ਇਹੋ ਜਿਹੇ ਸ਼ੱਕੀ ਹਾਲਾਤ ਵਾਲੇ ਵਿਅਕਤੀ ਹੈਗੇ ਆ, ਕਿਉਂਕਿ ਵੇਸ਼ਭੂਸ਼ਾ ਦਾ ਥੋੜ੍ਹਾ ਬਹੁਤਾ ਸਾਨੂੰ ਪਤਾ ਲੱਗ ਜਾਂਦਾ ਕਿ ਅਸੀਂ ਰੋਕ ਕੇ ਉਹਨਾਂ ਨੂੰ ਪੁੱਛਿਆ ਕਿਉਂ ਨਹੀਂ। ਜੀ ਮਤਲਬ ਉਹਦਾ ਉੱਥੇ ਅੰਦਰ ਸ਼ਰਾਬ ਲੈ ਕੇ ਅੰਦਰ ਜਾਣਾ ਬਹੁਤ ਵੱਡੀ ਗੱਲ ਆ। ਪੀਣੀ ਤੇ ਬਾਅਦ ਦੀ, ਪੀਣੀ ਜਿਹੜਾ ਲੈ ਕੇ ਗਿਆ ਪੀਤੀ ਤੋਂ ਉਹਨੇ ਬਾਅਦ 'ਚ ਹੋਊਗੀ ਨਾ, ਪਹਿਲਾਂ ਲੈ ਕੇ ਹੀ ਕਿਵੇਂ ਵੜ ਗਿਆ ਅੰਦਰ ਗੁਰਦੁਆਰਾ ਜੀ ਸਾਹਿਬ ਦੇ? ਤੁਹਾਡੇ ਕਹਿਣ ਤੋਂ ਭਾਵ ਕਿ ਅੰਦਰ ਕਿਸੇ ਵੀ ਪ੍ਰਕਾਰ ਦਾ ਨਸ਼ਾ ਲੈ ਕੇ ਜਾਣਾ ਹੀ ਗੁਨਾਹ ਹੈ, ਬਿਲਕੁਲ। ਪੀਣ ਦੀਆਂ ਪੀਣੀ ਗੱਲਾਂ ਬਾਅਦ ਵਿੱਚ ਆਉਂਦੀਆਂ ਨੇ। ਪੀਣੀ ਤਾਂ ਵੱਜਰ ਪਾਪ ਹੋ ਗਿਆ ਨਾ, ਲੈ ਕੇ ਜਾਣਾ ਹੀ ਗੁਨਾਹ ਹੈ। ਤੇ ਪਰੰਤੂ ਉੱਥੇ SGPC ਦਾ ਪ੍ਰਬੰਧ ਆ, ਐਡਾ ਵੱਡਾ ਪ੍ਰਬੰਧ ਵਾ, ਉਹਨੂੰ ਮਤਲਬ ਅੰਦਰ ਕਿੱਦਾਂ ਲੈ ਕੇ ਚੱਲ ਗਈ ਉਹਨਾਂ ਦੇ ਐਡੀ ਵੱਡੀ। ਨਹੀਂ ਹੁਣ ਹਰ ਕਿਸੇ ਦੀ ਵੀਰ ਜੀ, ਮੰਨ ਲਓ ਉੱਥੇ ਸੇਵਾਦਾਰ ਜਾਂ ਸੇਵਾਦਾਰਨੀਆਂ ਨੇ, ਜੇ ਕਿਸੇ ਨੇ ਡੱਬ ਦੇ ਵਿੱਚ ਪਾਈ ਹੈ ਤੇ ਹਰ ਕਿਸੇ ਦਾ ਢਿੱਡ ਉੱਥੇ ਟੋਇਆ ਨਹੀਂ ਨਾ ਜਾ ਸਕਦਾ। ਸਵਾਲ ਇਹ ਵੀ ਆ ਜਾਂਦਾ ਹੈ, ਜੇ ਨਹੀਂ ਮੰਨ ਲਓ ਦੇਖੋ ਵੀ ਆਏ ਕਿਸੇ ਨੇ ਦਿਨ ਸ਼ਰਾਬ ਪੀਤੀ ਹੈ ਜਾਂ ਥੋੜੀ ਜੀ ਪੀਤੀ ਹੈ, ਹੁਣ ਹਰ ਕਿਸੇ ਦਾ ਮੂੰਹ ਵੀ ਨਹੀਂ ਸੁੰਘਿਆ ਜਾ ਸਕਦਾ। ਕਹਿਣ ਤੋਂ ਭਾਵ ਬੜੀ ਪ੍ਰਕਾਰ ਦੇ ਸਵਾਲ ਉੱਠਦੇ ਰਹਿੰਦੇ ਨੇ। ਬੇਸ਼ੱਕ ਸਵਾਲ ਉੱਠਦੇ ਨੇ, ਪਰੰਤੂ ਦੇਖੋ ਪਤਾ ਕੀ ਹੈ, ਜਦੋਂ ਕੋਈ ਬੰਦਾ ਉਧਰ ਨੂੰ ਜਾ ਰਿਹਾ ਜਾਂ ਕੋਈ ਉਹਦਾ ਦਸਵੇਂ ਦੇ ਹਾਲਾਤ, ਕਿਉਂਕਿ ਜਦੋਂ ਅੱਜ ਆਪਣੇ ਜਿਹੜਾ ਸਮਾਂ ਚੱਲ ਰਿਹਾ, ਜੇ ਮੁਸਤੈਦੀ ਨਹੀਂ ਹੋਊਗੀ, ਜੇ ਅਸੀਂ ਹੁਸ਼ਿਆਰੀ ਨਹੀਂ ਵਰਤਾਂਗੇ, ਜੇ ਅਸੀਂ ਧਿਆਨ ਨਹੀਂ ਵਰਤਾਂਗੇ, ਤੇ ਫਿਰ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਅਸੀਂ ਗੱਲਾਂ ਕਰੀਏ ਵੀ ਸਾਡੇ ਫਲਾਨਿਆਂ ਨੇ ਵੇਖ ਲਿਆ ਜੀ, ਸਾਡੇ ਫਲਾਨੇ ਨੇ ਵੇਖ ਲਿਆ, ਪਰੰਤੂ ਸਵਾਲ ਇੱਥੇ ਪੈਦਾ ਹੁੰਦਾ ਵੀ ਉਹ ਸ਼ਰਾਬ ਲੈ ਕੇ ਅੰਦਰ ਗਈ ਤੇ ਗਈ ਕਿਵੇਂ? ਤੁਸੀਂ ਭਾਵੇਂ 100 ਦਲੀਲਾਂ ਦਿਓ, 100 ਗੱਲਾਂ ਕਰੋ, ਪਰ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਕਿ ਜੀ ਉਹ ਉਹਦਾ ਉੱਥੇ ਸ਼ਰਾਬ ਲੈ ਕੇ ਅੰਦਰ ਜਾਣਾ ਹੀ ਪਾਪ ਆ। ਕਿਉਂਕਿ ਸਾਨੂੰ ਇਹੋ ਜਿਹੀ ਕੋਈ ਨਾ ਕੋਈ ਸਿਸਟਮ ਬਣਾਉਣਾ ਪਊਗਾ ਤਾਂ ਜਾ ਕੇ, ਨਹੀਂ ਤਾਂ ਇੱਕ ਤਰ੍ਹਾਂ ਦਾ ਇਹ ਵੱਡਾ ਗੁਨਾਹ ਆ, ਪਾਪ ਆ। ਜਿਵੇਂ ਤੁਸੀਂ ਜੀ ਦੱਸੇ ਵੀ ਅੰਦਰ ਸ਼ਰਾਬ ਜਾਂ ਕਿਸੇ ਪ੍ਰਕਾਰ ਦਾ ਨਸ਼ਾ ਲੈ ਕੇ ਜਾਣਾ ਕੀ ਗੁਨਾਹ ਹੈ? ਉਹ ਲੜਕੀ ਜੀ ਅੰਦਰ ਜਾਂਦੀ ਹੈ, ਪਤਾ ਲੱਗਿਆ ਵੀ ਜਿਹੜੀ ਉਹਦੇ ਕੋਲੇ ਅਧੀਆ ਹੈ ਜਾਂ ਕਿਸੇ ਪ੍ਰਕਾਰ ਜਿੰਨੀ ਵੀ ਹੈ, ਪਊਆ ਹੈ ਕਿ ਅਧੀਆ, ਉਹ ਜੀ ਅਸਲ ਦੇ ਵਿੱਚ ਅੱਧਾ ਖਾਲੀ ਹੈ ਤੇ ਅੱਧਾ ਭਰਿਆ ਹੋਇਆ। ਇਹਦਾ ਮਤਲਬ ਵੀ ਲੜਕੀ ਨੇ ਸ਼ਰਾਬ ਜਾਂ ਬਾਹਰ ਪੀਤੀ ਹੈ, ਜਾਂ ਜੀ ਹੋ ਸਕਦਾ ਕਿਸੇ ਦੀ ਨਜ਼ਰ ਦੇ ਵਿੱਚ ਨਹੀਂ ਆਈ ਅੰਦਰ ਪੀਤੀ ਹੈ, ਬਾਕੀ ਤੇ CCTV ਕੈਮਰੇ ਦੀ ਫੁਟੇਜ ਥਾਂ ਥਾਂ ਤੇ ਲੱਗੇ ਹੋਏ ਨੇ ਤੇ ਉਹਦੇ ਵਿੱਚ ਨਿਕਲ ਸਕਦੀ ਹੈ, ਕਿਉਂਕਿ ਇਹ ਕੈਮਰਿਆਂ ਦੀ ਫੁਟੇਜ ਤੋਂ ਕਾਫੀ ਅੰਦਾਜ਼ਾ ਪਤਾ ਲੱਗ ਸਕਦਾ ਆ। ਪਰ ਜੀ ਸਵਾਲ ਕਈ ਪ੍ਰਕਾਰ ਦੇ ਇੱਥੇ ਆ ਰਹੇ ਨੇ, ਜਿਵੇਂ ਤੁਸੀਂ ਸਵਾਲ ਚੁੱਕ ਲਿਆ ਪ੍ਰਬੰਧ ਦੇ ਉੱਪਰ, ਕਿਸੇ ਨੇ ਜੀ ਸਵਾਲ ਚੁੱਕ ਲਿਆ ਗੋਲੀ ਮਾਰਨ ਵਾਲੇ ਦੇ ਉੱਪਰ, ਕਿਸੇ ਨੇ ਸਵਾਲ ਕਿਸੇ ਪ੍ਰਕਾਰ ਦਾ ਚੁੱਕ ਲਿਆ, ਪਰ ਸਵਾਲ ਇੱਥੇ ਬਹੁਤ ਵੱਡਾ ਆ ਜਾਂਦਾ ਹੈ ਵੀ ਸੰਗਤ ਦੇ ਵਿੱਚੋਂ ਇੱਕ ਸ਼ਖਸ ਵੱਲੋਂ, ਇੱਕ ਸਿੱਖ ਵੱਲੋਂ ਕਹਿ ਲਓ ਜਾਂ ਇੱਕ ਸ਼ਰਧਾਲੂ ਵੱਲੋਂ ਕਹਿ ਲਓ, ਗੋਲੀਆਂ ਮਾਰ ਕੇ ਉਸ ਲੜਕੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਸਵਾਲ ਪੈਦਾ ਜੀ ਹੋ ਗਿਆ ਵੀ ਸੰਗਤ ਨੂੰ ਇਹ ਐਕਸ਼ਨ ਲੈਣਾ ਕਿਉਂ ਪਿਆ? ਸੰਗਤ ਇਸ ਕੰਮ ਲਈ ਮਜਬੂਰ ਕਿਉਂ ਹੋਈ ਹੈ? ਦੇਖੋ ਜੀ, ਤੁਹਾਡਾ ਸਵਾਲ ਬਹੁਤ ਵਧੀਆ ਹੈਗਾ। ਜਿਸ ਬੰਦੇ ਨਿਰਮਲਜੀਤ ਸਿੰਘ ਨੇ, ਪ੍ਰਾਪਰਟੀ ਡੀਲਰ ਨੇ ਗੋਲੀ ਮਾਰੀ ਆ, ਜੀ ਹੁਣ ਉਹਨੇ ਹੀ ਕਿਉਂ ਗੋਲੀ ਮਾਰੀ, ਜੀ ਬਾਕੀਆਂ ਨੇ ਗੋਲੀ ਕਿਉਂ ਨਹੀਂ ਮਾਰੀ? ਉੱਥੇ ਮੈਨੇਜਰ ਦੀ ਪੋਸਟ ਵਾਲਾ ਵੀ ਹੋਊਗਾ, ਉੱਥੇ ਹੈੱਡ ਗ੍ਰੰਥੀ ਦੀ ਪੋਸਟ ਵਾਲਾ ਵੀ ਹੋਊਗਾ, ਉੱਥੇ ਮੀਤ ਗ੍ਰੰਥੀ ਦੀ ਪੋਸਟ ਵੀ ਹੋਊਗੀ, ਉੱਥੇ ਸੀਨੀਅਰ ਕਥਾਵਾਚਕ ਦੀ ਪੋਸਟ ਵੀ ਹੋਊਗੀ, ਉੱਥੇ ਮੇਨ ਕੀਰਤਨੀਏ ਦੀ ਵੀ ਪੋਸਟ ਹੋਊਗੀ, ਉੱਥੇ SGPC ਮੈਂਬਰਾਂ ਵਾਲੇ ਦੂਜੇ ਤੀਜੇ ਵੱਡੀਆਂ ਅਹੁਦਿਆਂ ਵਾਲੇ ਹੋਰ ਵੀ ਹੋਣਗੇ। ਉਹਨਾਂ ਦੀਆਂ ਜਿਹੜੀਆਂ ਧਾਰਮਿਕ ਭਾਵਨਾਵਾਂ ਨੇ ਕਿਉਂ ਨਹੀਂ ਭੜਕੀਆਂ? ਆਮ ਸਿੱਖ ਹੀ ਕਿਉਂ? ਕਿਉਂਕਿ ਆਮ ਸਿੱਖ ਗੁਰੂ ਨੂੰ ਗੁਰੂ ਦਾ ਦਰਜਾ ਦਿੰਦਾ, ਪਰਮੇਸ਼ਰ ਦਾ ਦਰਜਾ ਦਿੰਦਾ, ਪਰਮੇਸ਼ਰ ਸਮਝਦਾ ਹੈ, ਤੇ
ਆਪ ਸੱਚ ਜੁਗਾਲ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਵਾਲੀਆਂ ਪੰਕਤੀਆਂ ਦੇ ਉੱਤੇ ਖੜਾ ਹੈ ਕਿ ਪਰਮੇਸ਼ਰ ਸਦਾ ਰਹਿਣ ਵਾਲੀ ਅਟਲ ਸਚਾਈ ਹੈ ਤੇ ਗੁਰੂ ਘਰ ਵਿੱਚ ਬਿਦ ਵੀ ਨਹੀਂ ਜਰਦਾ ਤੇ ਮਤਲਬ ਆਮ ਸਿੱਖ ਦੀਆਂ ਭਾਵਨਾਵਾਂ ਭੜਕੀਆਂ ਉਹਨੇ ਉਹਨੂੰ ਸ਼ੂਟ ਕੀਤਾ ਪਰੰਤੂ ਇੱਥੇ ਗੱਲ ਕਰਨੀ ਬਣਦੀ ਹੈ ਵੀ ਮੈਂਜਰ ਦੀਆਂ ਗ੍ਰੰਥੀਆਂ ਦੀਆਂ ਮੇਨ ਸੇਵਾਦਾਰਾਂ ਦੀਆਂ ਹੈੱਡ ਕੀਰਤਨੀਆਂ ਦੀਆਂ ਭਾਵਨਾ ਨਹੀਂ ਭੜਕਦੀਆਂ ਕਿਉਂਕਿ ਉਹ ਪੈਸੇ ਦਾ ਕਰਕੇ ਉਹਨਾਂ ਨੂੰ ਮਤਲਬ ਉਹਨਾਂ ਦਾ ਹੈ ਕਿ ਜੇ ਅਸੀਂ ਕੋਈ ਇਹੋ ਜਿਹਾ ਕਦਮ ਚੁੱਕਿਆ ਸਾਡੇ ਬੱਚੇ ਸਾਡੀ ਨੌਕਰੀ ਸਾਡਾ ਗ੍ਰੇਡ ਸਾਡਾ ਜਿਹੜਾ ਰੁਤਬਾ ਇਹੀ ਸਵਾਲ ਮੈਂ ਸੁਖਜੀਤ ਸਿੰਘ ਖੋਸੇ ਦੇ ਉੱਪਰ ਕਰਾਂ ਜੋ ਉਹਨਾਂ ਦੇ ਉੱਪਰ ਸਵਾਲ ਖੜੇ ਕਰ ਰਹੇ ਨੇ ਜੇ ਮੰਨ ਲਓ ਉੱਥੋਂ ਦੇ ਤੁਸੀਂ ਉਸ ਪਾਵਨ ਅਸਥਾਨ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਤੁਸੀਂ ਹੈੱਡ ਗਰੰਤੀ ਹੁੰਦੇ ਜਾਂ ਉੱਥੋਂ ਦੇ ਮੈਨੇਜਰ ਹੁੰਦੇ ਤੇ ਤੁਹਾਡੀ ਸੇਵਾ ਕਾਲ ਦੇ ਦੌਰਾਨ ਇਸ ਤਰੀਕੇ ਦੀ ਘਟਨਾ ਵਾਪਰ ਜਾਂਦੀ ਤੇ ਫਿਰ ਸੁਖਜੀਤ ਸਿੰਘ ਖੋਸਾ ਉਸ ਵੇਲੇ ਕੀ ਕਰਦਾ ਜੋ ਅੱਜ ਬਾਕੀਆਂ ਨੂੰ ਨਸੀਹਤ ਤੇ ਮਤਾਂ ਦੇ ਰਿਹਾ? ਦੇਖੋ ਪਹਿਲੀ ਗੱਲ ਤੇ ਵਾਪਰਦੀ ਨਾ, ਮੈਂ ਤੁਹਾਨੂੰ ਗਰੰਟੀ ਨਾ ਕਹਿਣਾ, ਕਦੇ ਇਹੋ ਜਿਹਾ ਹੁੰਦਾ ਹੀ ਨਾ। ਜੇ ਹੁੰਦਾ ਤੇ ਫਿਰ ਨਿਰਮਲਜੀਤ ਸਿੰਘ ਨੂੰ ਗੋਲੀ ਨਾ ਚਲਾਉਣੀ ਪੈਂਦੀ, ਮੈਂ ਆਪ ਚਲਾਉਂਦਾ। ਪਰ ਤੁਹਾਨੂੰ ਲੱਗਦਾ ਵੀ ਇਸ ਚੀਜ਼ ਦਾ ਹੱਲ ਇਹ ਆ ਵੀ ਇੱਕ ਬੰਦੇ ਨੂੰ ਆਪਾਂ ਮੰਨ ਲਓ ਇੱਕ ਨੂੰ ਗੋਲੀ ਚਲਾ ਦਿਆਂਗੇ, ਦੂਜਾ ਫਿਰ ਆ ਜਾਏਗਾ ਗੋਲੀ ਚਲਾ ਦਿਆਂਗੇ, ਇਹਦਾ ਪੱਕਾ ਹੱਲ ਕੀ ਹੈ? ਇਹਦਾ ਪੱਕਾ ਜਿਸ ਚੀਜ਼ ਨੂੰ ਬਿਲਕੁਲ ਬੰਦ ਹੋ ਜਾਵੇ। ਦੇਖੋ ਜੀ, ਇਹ ਜਦੋਂ ਜੇ ਹੁਣ ਮੱਸਾ ਰੰਗੜ ਨੂੰ ਸੋਚਦੇ ਰਹਿੰਦੇ ਸਿੱਖ ਵੀ ਧਰਨਾ ਦੇਵਾਂਗੇ ਦੂਜਾ ਤੀਜਾ ਕਰਾਂਗੇ, ਤੇ ਮੱਸਾ ਰੰਗੜ ਮੇਰਾ ਖਿਆਲ ਮੰਨਣ ਵਾਲਾ ਨਹੀਂ ਸੀ, ਉਹਨੇ ਛੱਡਣਾ ਨਹੀਂ ਸੀ। ਜਦੋਂ ਉਹਦਾ ਸਿਰ ਵੱਢਿਆ ਗਿਆ ਫੇਰ ਹੀ ਉਹਨੇ ਦਰਬਾਰ ਸਾਹਿਬ ਨੂੰ ਛੱਡਿਆ, ਉਹਨੇ ਕੰਜਰੀ ਨਚਾਉਣੀ ਬੰਦ ਕੀਤੀ ਤੇ ਇਹਨਾਂ ਦਾ ਹੱਲ ਮੈਂ ਉੱਥੇ ਆਉਣਾ ਚਾਹੁੰਦਾ ਵਾਂ ਤਾਂ ਕਿ ਸਾਨੂੰ ਸੁਣਨ ਵਾਲੇ ਬੜੇ ਪੜ੍ਹੇ ਲਿਖੇ ਸੁਲਝੇ ਹੋਏ ਤਜਰਬੇਕਾਰ ਲੋਕ ਨੇ, ਹੰਢੇ ਹੋਏ ਨੇ, ਜਿਹਨਾਂ ਨੂੰ ਪੰਜਾਬੀ ਵਿੱਚ ਆਪਾਂ ਕਹਿੰਦੇ ਕੜੇ ਹੋਏ। ਮੈਂ ਇੱਕ ਜਾਣਕਾਰੀ ਲੈਣੀ ਚਾਹੁੰਦਾ, ਇੱਕ ਹੁੰਦਾ ਆ ਪਾਲਿਸੀ, ਇੱਕ ਹੁੰਦਾ ਪਾਲਿਸੀ ਮੇਕਰ। ਸਾਨੂੰ ਕੀ ਲੱਗਦਾ ਵੀ ਇਹ ਲੋਕ ਆਉਂਦੇ ਨੇ ਤੇ ਕਰ ਜਾਂਦੇ ਨੇ, ਜਿਵੇਂ ਇਸ ਤੋਂ ਪਹਿਲਾਂ ਮਰਿੰਡੇ ਦੀ ਘਟਨਾ ਹੋਈ, ਬੇਅਦਬੀਆਂ ਦੀ ਗੱਲ ਕਰੀਏ ਤੇ ਹੁਣ ਤੱਕ ਛੋਟੀਆਂ ਵੱਡੀਆਂ ਕੁੱਲ ਮਿਲਾ ਕੇ 1000 ਦੇ ਲਾਗੇ ਬੇਅਦਬੀਆਂ ਹੋ ਚੁੱਕੀਆਂ ਨੇ 2015 ਤੋਂ ਬਾਅਦ, ਠੀਕ ਹੈ ਜੀ। ਪਰ ਸਵਾਲ ਮਨ ਦੇ ਵਿੱਚ ਆ ਰਿਹਾ ਵੀ ਇਹ ਲੋਕ ਜਿਹੜੇ ਇਹ ਕੰਮ ਕਰਦੇ ਨੇ, ਕੀ ਇਹ ਬੁੱਧ ਭ੍ਰਿਸ਼ਟ ਕਰਕੇ ਕਰਦੇ ਨੇ ਜਾਂ ਕੋਈ ਸਿੱਖ ਵਿਰੋਧੀ ਗਰੁੱਪ ਇਹਨਾਂ ਦੇ ਮਗਰ ਹੈ, ਕੋਈ ਪਾਲਿਸੀ ਮੇਕਰ ਹੈ ਜਿਹੜਾ ਇਸ ਤਰੀਕੇ ਦੀਆਂ ਘਟਨਾਵਾਂ ਕਰਵਾ ਰਿਹਾ ਵੀ ਜੇ ਤੇ ਬੇਅਦਬੀ ਹੁੰਦੀ ਹੈ ਤਾਂ ਵੀ ਬਦਨਾਮ, ਤੇ ਜੇ ਬੇਅਦਬੀ ਕਰਨ ਵਾਲੇ ਨੂੰ ਸੋਧਾ ਲਾ ਦਿੱਤਾ ਜਾਂਦਾ ਤੇ ਤਾਂ ਵੀ ਬਦਨਾਮ ਕੀਤਾ ਜਾਂਦਾ? ਇਹ ਦੇਖੋ ਜੀ, ਕਾਨੂੰਨ ਵਿੱਚ ਵਿਸ਼ਵਾਸ ਨਹੀਂ ਰੱਖਦੇ ਤੇ ਇਹਨਾਂ ਨੇ ਆਪਣੇ ਆਪ ਕਾਨੂੰਨ ਹੱਥਾਂ ਦੇ ਵਿੱਚ ਲੈ ਲਿਆ। ਦੇਖੋ ਜੀ, ਕੀ ਲੱਗਦਾ ਜੀ ਤੁਹਾਨੂੰ ਅਜੋਕੀ ਸਥਿਤੀ ਵਿੱਚ? ਗੱਲ ਤੇ ਬਣੀ ਪਈ ਆ ਵੀ ਖਰਬੂਜਾ ਕਰਦ ਤੇ ਡਿੱਗੇ ਜਾਂ ਕਰਦ ਖਰਬੂਜੇ ਤੇ ਡਿੱਗੇ, ਨੁਕਸਾਨ ਖਰਬੂਜੇ ਦਾ ਹੋਣਾ, ਨੁਕਸਾਨ ਤੇ ਸਿੱਖ ਕੌਮ ਦਾ ਹੋ ਰਿਹਾ, ਹੁਣ ਉਹਦੇ ਪਿੱਛੇ ਵੀ ਕੌਰ ਲੱਗ ਰਿਹਾ ਲੇਡੀ ਦੇ, ਉਹ ਬੀਬੀ ਦੇ, ਤੇ ਇੱਕ ਤਰ੍ਹਾਂ ਨਾਲ ਸਾਡੇ ਪਰਿਵਾਰ ਦੇ ਪਰਿਵਾਰਾਂ ਨਾਲ ਸੰਬੰਧਿਤ ਹੋਏਗੀ, ਸਿੱਖ ਪਰਿਵਾਰਾਂ ਨਾਲ ਸੰਬੰਧਿਤ ਹੋਏਗੀ। ਜਿਹੜਾ ਦੂਜਾ ਸੀ ਮਰਿੰਡੇ ਵਾਲਾ, ਉਹਦੇ ਨਾਂ ਪਿੱਛੇ ਸਿੰਘ ਲੱਗ ਰਿਹਾ ਸੀ, ਉਹ ਵੀ ਸਾਡੇ ਸਿੱਖ ਪਰਿਵਾਰਾਂ ਨਾਲ ਸੰਬੰਧਿਤ ਹੋਵੇਗਾ ਜੀ। ਇਹ ਗੱਲ ਹੁਣ ਉਹ ਵੀ ਸਵਾਸ ਛੱਡ ਜਾਂਦਾ ਆ ਉੱਥੇ ਜੇਲ੍ਹ 'ਚ ਜਾ ਕੇ, ਕੀ ਭਾਣਾ ਵਾਪਰਦਾ ਕੀ ਹੁੰਦਾ, ਉਹ ਵੀ ਮੌਤ, ਉਹਦੀ ਮੌਤ ਹੋ ਜਾਂਦੀ ਹੈ, ਇਹ ਕੁੜੀ ਦੀ ਵੀ ਮੌਤ ਹੋ ਗਈ ਆ ਜੀ। ਬਹੁਤ ਮਤਲਬ ਪਿੱਛਾ ਤਾਂ ਲੱਭ ਸਕਦਾ ਜੇ ਇਨਵੈਸਟੀਗੇਸ਼ਨ ਇਹਨਾਂ ਦੀ ਕੀਤੀ ਜਾਵੇ, ਪਰ ਹੁਣ ਇਨਵੈਸਟੀਗੇਸ਼ਨ ਪਹਿਲਾਂ ਕਈਆਂ ਦੀਆਂ ਕੀਤੀਆਂ, ਜਦੋਂ ਇਨਵੈਸਟੀਗੇਸ਼ਨ ਹੁੰਦੀ ਆ ਉਹਨੂੰ ਪਾਗਲ ਕਰਾਰ ਦੇ ਕੇ ਛੱਡ ਦਿੱਤਾ ਜਾਂਦਾ, ਹੁਣ ਤਾਂ ਫਿਰ ਵੇਖੋ ਇਨਵੈਸਟੀਗੇਸ਼ਨ ਆਪਣੇ ਆਪ ਹੀ ਹੋਜੂਗੀ। ਜਦੋਂ ਇੱਦਾਂ ਲਗਾਤਾਰ 2-4-5-6 ਇੱਦਾਂ ਹੋਇਆ ਤੇ ਆਪਣੇ ਆਪ ਇਹਨਾਂ ਨੂੰ ਸੁਰਤ ਆਜੂਗੀ, ਆਪਣੇ ਆਪ ਇਹ ਜਿਹੜੀ ਬੰਦ ਹੋ ਜੂਗੀ। ਜਾਣਕਾਰੀਆਂ ਮੈਂ ਤਾਂ ਲੈਣੀਆਂ ਚਾਹ ਰਿਹਾ ਵਾਂ ਕਿਉਂਕਿ ਜੇ ਕਿਸੇ ਨੇ ਸ਼ਰਾਬ ਪੀਣੀ ਹੈ ਤੇ ਹੋਟਲ ਹੁੰਦੇ ਹੈ, ਹੋਰ ਬੀਅਰ ਬਾਰ ਹੁੰਦੇ ਨੇ ਜਾਂ ਹੋਰ ਅਦਰ ਕਈ ਐਸੀਆਂ ਜਗ੍ਹਾ ਨੇ ਜਿਹਦੇ ਵਿੱਚ ਪੰਜਾਬੀ ਦੇ ਵਿੱਚ ਸ਼ਰੇਆਮ ਲਿਖਿਆ ਹੁੰਦਾ, ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਅਹਾਤਾ, ਜੋ ਆਪਾਂ ਸੜਕ ਤੇ ਜਾਂਦੇ ਹਾਂ ਪੜ੍ਹਦੇ ਹਾਂ। ਜੇ ਕਿਸੇ ਨੇ ਸ਼ਰਾਬ ਪੀਣੀ ਹੈ ਤੇ ਉੱਥੇ ਜਾ ਸਕਦਾ ਜਿੱਥੇ ਸ਼ਰੇਆਮ ਲਿਖਿਆ ਹੋਇਆ ਵੀ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ। ਹੁਣ ਜਿੱਥੇ ਲਿਖਿਆ ਹੋਇਆ ਵੀ ਇੱਥੇ ਨਸ਼ੇ ਦੀ ਪਾਬੰਦੀ ਹੈ, ਲੋਕ ਉੱਥੇ ਜਾ ਰਹੇ ਨੇ, ਤੁਹਾਨੂੰ ਲੱਗਦਾ ਨਹੀਂ ਪਿਆ ਵੀ ਇਹਦੇ ਮਗਰ ਕੋਈ ਵੱਡੀ ਸਾਜ਼ਿਸ਼ ਚੱਲਦੀ ਪਈ ਹੈ? ਉਹਦੇ ਵਿੱਚ ਦੋ ਤਰ੍ਹਾਂ ਦੀ ਗੱਲ ਆ, ਸਾਜ਼ਿਸ਼ ਹੋਣ ਤੋਂ ਵੀ ਆਪਾਂ ਨਕਾਰ ਦੇਣੀ, ਪਰ ਇੱਕ ਗੱਲ ਹੋਰ ਵੀ ਹੈ ਬਈ, ਹੋ ਸਕਦਾ ਕਿਸੇ ਜੈਂਟਲਮੈਨ ਫੈਮਿਲੀ ਦੀ, ਸਿੱਖ ਫੈਮਿਲੀ ਦੀ ਲੜਕੀ ਹੋਵੇ ਤੇ ਉੱਥੇ ਬੀਅਰ ਬਾਰਾਂ 'ਚ ਜਾਂ ਦੂਜੇ ਤੀਜੇ ਥਾਵਾਂ ਤੇ ਜਾਂਦੀ, ਉਹਨੂੰ ਸ਼ਰਮ ਆਉਂਦੀ ਹੋਵੇ, ਸਭ ਤੋਂ ਵੱਡੀ ਸ਼ਰਮ ਵਾਲੀ ਗੱਲ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਜਾਣਾ। ਮੈਨੂੰ ਗੱਲ ਪੂਰੀ ਕਰ ਲੈਣ ਦਿਓ ਵੀ ਹੋ ਸਕਦਾ ਉਹਨੇ ਗੁਰਦੁਆਰਾ ਸਾਹਿਬ ਨੂੰ ਢਾਲ ਬਣਾ ਲਿਆ ਹੋਵੇ ਵੀ ਇੱਥੇ ਮੈਨੂੰ ਕਿਹੜਾ ਦੇਖਦਾ, ਹੋ ਸਕਦਾ ਉਹ ਕੱਲ ਪਹਿਲੀ ਵਾਰ ਨਾ ਗਈ ਹੋਵੇ, ਪਹਿਲਾਂ ਵੀ ਪੀਂਦੀ ਹੋਵੇ, ਛੁੱਪ ਛੁਪਾ ਕੇ ਪੀ ਜਾਂਦੀ ਹੋਵੇ, ਏਦਾਂ ਦੀਆਂ ਕੋਈ ਕਈ ਗੱਲਾਂ ਹੈਗੀਆਂ। ਪਰ ਹੁਣ ਜਦੋਂ ਮਤਲਬ ਉਹ ਛੂਟ ਹੀ ਹੋ ਗਈ ਆ, ਹੁਣ ਇਹ ਇਹਨਾਂ ਗੱਲਾਂ ਦਾ ਕਰਨ ਦਾ ਕੋਈ ਫਾਇਦਾ ਨਹੀਂ। ਹੁਣ ਤਾਂ ਜਿਹੜੇ ਸਾਡੇ ਸ਼ਹਿਰਾਂ ਵਿੱਚ
ਜਾਂ ਸਾਡੇ ਜੈਂਟਲਮੈਨ ਫੈਮਲੀਆਂ ਹੈਗੀਆਂ ਜਿਹੜੇ ਰਿਚ ਪਰਿਵਾਰ ਆ ਜਿਹੜੇ ਅਮੀਰ ਲੋਕ ਆ, ਕਿਉਂਕਿ ਅਮੀਰ ਘਰਾਣਿਆਂ ਦੀਆਂ ਜਿਹੜੀਆਂ ਵਿਗੜੈਲ ਔਲਾਦਾਂ ਨੇ ਉਹ ਇਹੋ ਜਿਹਾ ਕੰਮ ਕਰਦੀਆਂ ਨੇ। ਹੁਣ ਸਾਡੇ ਉਹਨਾਂ ਲੋਕਾਂ ਨੂੰ ਜ਼ਰੂਰੀ ਨਹੀਂ ਹੁੰਦਾ ਵੀ ਅਮੀਰ ਘਰ ਦਾ ਬੱਚਾ ਹੀ ਵਿਗੜਿਆ ਹੁੰਦਾ ਆ, ਕਈ ਵਾਰੀ ਘਰ ਦੇ ਵਿੱਚ ਖਾਣ ਨੂੰ ਆਟਾ ਵੀ ਨਹੀਂ ਹੁੰਦਾ ਤੇ ਉਹ ਵੀ ਬੱਚੇ ਚਿੱਟੇ ਦੇ ਉੱਪਰ ਲੱਗ ਜਾਂਦੇ ਨੇ, ਇਹ ਜ਼ਰੂਰੀ ਨਹੀਂ ਹੁੰਦਾ। ਅਸਲ ਦੇ ਵਿੱਚ ਸੰਸਕਾਰਾਂ ਦੀ ਘਾਟ ਕਰਕੇ ਖੁਸ਼ ਸਾਹਿਬ ਬਹੁਤ ਕੁਝ ਹੁੰਦਾ ਆ, ਮੈਂ ਇੱਥੇ ਤੁਹਾਡੀ ਗੱਲ ਨਾਲ ਸਹਿਮਤੀ ਨਹੀਂ ਰੱਖਦਾ। ਚਲੋ ਤੁਸੀਂ ਨਹੀਂ ਸਹਿਮਤੀ ਰੱਖਦੇ, ਪਰ ਵੇਖੋ ਪਤਾ ਕੀ ਹੁੰਦਾ ਜੀ, ਜਿਹੜੇ ਜਿਹੜਾ ਨਸ਼ਾ ਕਰਦੇ ਨੇ, ਇਹੋ ਜਿਹੇ ਨਸ਼ੇ ਕਰਦੇ ਨੇ ਸ਼ਰਾਬਾਂ ਦੇ ਜਾਂ ਦੂਜੇ ਤੀਜੇ, ਜ਼ਿਆਦਾਤਰ ਜਿਹਦੇ ਜੇਬ 'ਚ ਚਾਰ ਪੈਸੇ ਨੇ ਉਹੀ ਕਰਦਾ, ਦੂਜਾ ਜਿਹਦੇ ਘਰੇ ਖਾਣ ਨੂੰ ਆਟਾ ਨਹੀਂ ਹੈਗਾ ਨਾ, ਉਹ ਇਹੋ ਜਿਹੇ ਨਸ਼ਿਆਂ 'ਤੇ ਨਹੀਂ ਲੱਗਦਾ। ਚਲੋ ਤੁਹਾਡੇ ਵਾਲੀ ਤਰਕ ਨੂੰ ਮੈਂ ਕੱਟਦਾ ਨਹੀਂ ਗਾ, ਮੇਰਾ ਪੁਆਇੰਟ ਆਫ ਵਿਊ ਆਪਣਾ ਮੈਂ ਆਪਣੇ ਹਿਸਾਬ ਨਾਲ ਗੱਲ ਰੱਖ ਰਿਹਾ। ਸਹੀ ਗੱਲ ਦੇ ਪੈਮਾਨੇ ਹਰੇਕ ਦੇ ਆਪਣੇ ਆਪਣੇ ਆ, ਪਰ ਮੇਰੀ ਇਰਾਦੀ ਫਿਰ ਉੱਥੇ ਫਸ ਜਾਂਦੀ ਹੈ। ਮੇਰਾ ਮੰਨਣਾ ਇਹ ਹੈ ਵੀ ਜਿਹਨੇ ਸ਼ਰਾਬ ਪੀਣੀ ਹੈ ਨਾ ਕੋਸਾ ਜੀ, ਗੱਲ ਫਿਰ ਸਮਝੋ, ਉਹ ਸੜਕ ਤੇ ਬਹਿ ਕੇ ਪੀ ਸਕਦਾ ਹੈ, ਹੋਟਲ ਢਾਬੇ ਵਿੱਚ ਬਹਿ ਕੇ ਪੀ ਸਕਦਾ ਹੈ, ਅਹਾਤੇ ਵਿੱਚ ਬਹਿ ਕੇ ਪੀ ਸਕਦਾ ਹੈ, ਬੀਅਰ ਬਾਰ ਜਾ ਸਕਦਾ ਹੈ, ਪਰ ਕਰਮਾਂ ਦੇ ਵਿੱਚ ਸਰੋਵਰ ਦੇ ਕੰਢੇ ਤੇ ਬਹਿ ਕੇ ਪੀਣਾ ਮੈਂ ਹੈਰਾਨ ਕਰ ਦੇਣ ਵਾਲੀ ਗੱਲ, ਉਹ ਵੀ ਐਤਵਾਰ ਐਤਵਾਰ ਸੰਗਤ ਵੀ ਬਹੁਤ ਜ਼ਿਆਦਾ ਹੁੰਦੀ ਹੈ, ਹੈ ਨਾ। ਇਹਦਾ ਮਤਲਬ ਇਹ ਹੈ ਵੀ ਮਗਰ ਕੋਈ ਐਸੀ ਕੋਈ ਏਜੰਸੀ ਕੰਮ ਕਰਦੀ ਹੈ ਜਾਂ ਮਗਰ ਕੋਈ ਸਿੱਖ ਵਿਰੋਧੀ ਤਾਕਤ ਕੰਮ ਕਰਦੀ ਪਈ ਹੈ, ਅਸੀਂ ਚਿਹਰਾ ਤੇ ਫੜ ਲਿਆ, ਅਸੀਂ ਉਹਨੂੰ ਖਤਮ ਵੀ ਕਰ ਦਿੱਤਾ, ਪਰ ਜਿਹੜਾ ਪਾਲਿਸੀ ਮੇਕਰ ਹੈ ਉਹ ਤੇ ਮਗਰ ਬੈਠਾ ਹੋਇਆ, ਉਹਦੇ ਤੱਕ ਤੇ ਸਾਡਾ ਹੱਥ ਗਿਆ ਹੀ ਨਹੀਂ। 2015 ਤੋਂ ਲੈ ਕੇ ਅਸੀਂ ਬੇਅਦਬੀਆਂ ਦੇਖ, ਇੱਥੇ ਬੇਅਦਬੀ ਹੋ ਗਈ, ਇੱਥੇ ਹੋ ਗਈ, ਆਹ ਸੋਧਾ ਲੱਗ ਗਿਆ, ਪਰ ਇਹ ਬੇਅਦਬੀਆਂ ਕਰਵਾ ਕੌਣ ਰਿਹਾ ਆ, ਇਹ ਕਿਹੜੀ ਐਸੀ ਤਾਕਤ ਹੈ, ਅਸੀਂ ਉੱਥੇ ਤੱਕ ਤੇ ਕਦੀ ਪਹੁੰਚੇ ਨਹੀਂ। ਨਹੀਂ ਹੁਣ ਦੇਖੋ ਤੁਸੀਂ ਜਦੋਂ ਹੁਣ ਮੁੱਦਾ ਹੀ ਮੁੱਕ ਗਿਆ, ਹੁਣ ਤੁਸੀਂ ਇਸ ਬੇਅਦਬੀ ਨੂੰ ਲੈ ਕੇ ਇਹ ਗੱਲ ਕਿੱਦਾਂ ਕਰ ਸਕਦੇ ਹੋ, ਜਦੋਂ ਜਿਹੜੇ ਬੰਦਾ ਤੁਹਾਨੂੰ ਦਿਸ ਰਿਹਾ ਸੀ ਉਹਨੂੰ ਤੁਸੀਂ ਸੋਧਾ ਲਾਤਾ ਤੇ ਗੱਲ ਖਤਮ ਹੋ ਗਈ। ਹੁਣ ਇੱਥੇ ਜਦੋਂ ਬੰਦਾ ਮਰ ਜਾਂਦਾ ਹੈ ਬਣ ਗਿਆ ਨਾ, ਹੁਣ ਉਹਦੇ ਵੀ ਉੱਥੇ ਉੱਥੇ ਕਿਹੜੀ ਪੈਰਵਾਈ ਐਸਜੀਪੀਸੀ ਕਹਿ ਦੇਗੀ ਵੀ ਅਸੀਂ ਕਰਨੀ ਹੈ, ਜਾਂ ਕੋਈ ਜਥੇਦਾਰ ਵੀ ਇੰਨਾ ਫੜਕ ਮਾਰ ਕੇ ਕਹਿ ਦੇਗਾ ਵੀ ਅਸੀਂ ਕਰਨੀ? ਆਪਾਂ ਨੂੰ ਪਤਾ ਇਸ ਵੇਲੇ ਕੌਮ ਦੀ ਸਥਿਤੀ ਹੈ, ਉਹ ਕਿਹੜਾ ਜਥੇਦਾਰ ਹੋਣਗੇ, ਪਰਿਵਾਰ ਕਿਹੋ ਜਿਹਾ ਹੋਵੇਗਾ, ਕਿਵੇਂ ਉਹਦੇ ਬੱਚੇ ਪਲਦੇ ਹੋਣਗੇ, ਠੀਕ ਹੈ ਉਸਦੇ ਅੰਦਰ ਇੱਕ ਦਰਦ ਜਾਗਿਆ, ਉਹਦੀ ਜ਼ਮੀਰ ਜਾਗੀ, ਉਹਨੂੰ ਲੱਗਿਆ ਵੀ ਭਾਈ ਸਰਕਾਰਾਂ ਲੰਮੇ ਸਮੇਂ ਤੋਂ ਕੁਛ ਨਹੀਂ ਕਰਦੀਆਂ, ਮੰਦਬੁੱਧੀ ਕਹਿ ਕੇ ਛੱਡ ਦਿੱਤਾ ਜਾਂਦਾ, ਸਾਡੀਆਂ ਵੱਡੀਆਂ ਸੰਸਥਾਵਾਂ ਉਹਨੇ ਕੰਮ ਕਰ ਦਿੱਤਾ, ਪਰ ਸਵਾਲ ਤੇ ਉਹਦੇ ਘਰ ਦੇ ਹਾਲਾਤਾਂ ਤੇ ਉਹਦਾ ਕੇਸ ਕੌਣ ਲੜੇਗਾ, ਇਹਦਾ ਵੀ ਤਾਂ ਜਵਾਬ ਦਿਓ ਨਾ ਫਿਰ। ਦੇਖੋ ਜੀ ਉਹਦਾ ਕੇਸ ਕੌਮ ਸਕਸ਼ਮ ਆ, ਪੰਥ ਸਕਸ਼ਮ ਆ, ਲੜਾਂਗੇ ਕੇਸ, ਅਸੀਂ ਲੜਾਂਗੇ, ਕਿਉਂ ਨਹੀਂ ਲੜੇਗਾ ਕੋਈ ਕੇਸ, ਇਸ ਕੋਈ ਨਾ ਲੜੇ ਕਰ ਦਿਓ ਕਿ ਉਹਦਾ ਕੇਸ ਤੁਸੀਂ ਲੜੋਗੇ? ਮੈਂ ਕਿਹਾ ਬਿਲਕੁਲ ਕਰਾਂਗੇ, ਮੈਂ ਉੱਥੇ ਅੱਜ ਲਿਖਿਆ ਵੀ ਸੀਗਾ ਕਿ ਜਿੰਨੀ ਜੋਗੇ ਖੜਾਂਗੇ, ਇਹਦੇ ਵਿੱਚ ਇਹ ਨਹੀਂ ਹੈਗਾ। ਮੈਂ ਹੁਣ ਇਹ ਗੱਲ ਕਹਿ ਸਕਦਾ ਵਾਂ ਵੀ ਭਾਈ ਸੁਖਜੀਤ ਸਿੰਘ ਖੋਸਾ ਜਿਸ ਸ਼ਖਸ ਨੇ ਬੇਅਦਬੀ ਕਰਨ ਵਾਲੀ ਜਾਂ ਕਹਿ ਲਓ ਵੀ ਸ਼ਰਾਬ ਅੰਦਰ ਲੈ ਕੇ ਜਾਣ ਵਾਲੀ ਬੀਬੀ ਦਾ ਸੋਧਾ ਲਾਇਆ, ਉਹਦਾ ਕੇਸ ਕਾਨੂੰਨੀ ਲੜਾਈ ਜਿਹੜੀ ਹੈ ਭਾਈ ਸੁਖਜੀਤ ਸਿੰਘ ਖੋਸਾ ਜੀ ਲੜਨਗੇ? ਵੈਸੇ ਤਾਂ ਇੱਕ ਐਡਵੋਕੇਟ ਸਾਹਿਬ ਨੇ ਕਹਿਤਾ ਕਿ ਅਸੀਂ ਲੜਾਂਗੇ, ਬਾਕੀ ਅਸੀਂ ਇੱਕ ਦੋ ਚਾਰ ਦਿਨਾਂ 'ਚ ਜਾ ਕੇ ਪਰਿਵਾਰ ਨੂੰ ਮਿਲਣ ਵਾਲੇ ਹਾਂ ਜੀ, ਮਿਲਾਂਗੇ, ਅਸੀਂ ਜਿੰਨੀ ਵੀ ਕਾਨੂੰਨੀ ਸਹਾਇਤਾ ਦੀ ਜ਼ਰੂਰਤ ਹੋਊਗੀ ਉਹ ਦਿਆਂਗੇ, ਈਵਨ ਕਿ ਇੱਥੋਂ ਤੱਕ ਅਸੀਂ ਐਸਐਸਪੀ ਸਾਹਿਬ ਨੂੰ ਵੀ ਮਿਲਣ ਦਾ ਪ੍ਰੋਗਰਾਮ ਬਣਾ ਰਹੇ ਹਾਂ ਕਿ ਉਹ ਉਸ ਨੌਜਵਾਨ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਣਾ ਜ਼ਰੂਰੀ ਆ, ਕਿਉਂਕਿ ਉਹਨੇ ਸਿਸਟਮ ਤੋਂ ਸਰਕਾਰ ਦੇ ਕਾਨੂੰਨ ਦੀ ਵਿਵਸਥਾ ਤੋਂ ਤੰਗ ਆ ਕੇ ਇਹ ਕਦਮ ਚੁੱਕਿਆ ਆ, ਇਹ ਕੰਮ ਕਦਮ ਚੁੱਕਣਾ ਉਹਦੀ ਮਜਬੂਰੀ ਸੀ ਨਾ ਕਿ ਉਹਦਾ ਸ਼ੌਕ। ਬਾਬਾ ਜੀ ਜਦੋਂ ਨਿਹਾਲ ਸਿੰਘ ਪਟਿਆਲਾ ਤੇ ਗੁਰਪ੍ਰੀਤ ਸਿੰਘ ਜਾਗੋਵਾਲ ਨੂੰ ਲੁਧਿਆਣੇ ਪੇਸ਼ ਕੀਤਾ ਗਿਆ ਸੀ ਉਦੋਂ ਵੀ ਫੁੱਲਾਂ ਦੀ ਵਰਖਾ ਕੀਤੀ ਗਈ ਸੀ, ਧਰਮ ਦੇ ਰਖਵਾਲੇ ਵਾਰਡ ਵੀ ਦਿੱਤਾ ਸੀ ਦੋਹਾਂ ਸਿੰਘਾਂ ਨੂੰ ਉਹਨਾਂ ਦੇ ਪਾਠ ਪ੍ਰਕਾਸ਼ ਕਰਕੇ ਘਰ ਪਿੰਡ ਖੰਡਪੜ ਸਾਹਿਬ, ਪਰੰਤੂ ਅਫਸੋਸ ਆ ਮੁੜ ਕੇ ਕਿਸੇ ਨੇ ਉਹਨਾਂ ਦੀ ਸਾਰ ਨਹੀਂ ਲਈ, ਆਪਾਂ ਜਿੰਨੀ ਜੋਗੇ ਹੈਗੇ ਅੱਜ ਤੱਕ ਉਹਨਾਂ ਦੇ ਨਾਲ ਆ, 31 ਸਾਲ ਉਹਨਾਂ ਨੂੰ ਸਜ਼ਾ ਹੋਈ ਸੀ, ਅਸੀਂ ਇਸ ਪਰਿਵਾਰ ਦੇ ਨਾਲ ਵੀ ਖੜੇ ਹੋਵਾਂਗੇ, ਸਾਰਾ ਕੁਝ ਕਰਾਂਗੇ, ਲੜਾਈ ਲੜਾਂਗੇ। ਜਿਹੜੀ ਗੱਲ ਤੁਹਾਡੀ ਦੂਸਰੀ ਆਪਾਂ ਕਰਦੇ ਸੀਗੇ ਕਿ ਇਹਦੇ ਪਿੱਛੇ ਨਹੀਂ ਜਾਇਆ ਜਾ ਰਿਹਾ, ਪਿੱਛੇ ਜਾਣ ਵਾਸਤੇ ਦੇਖੋ ਖਾਲਸਾ ਪੰਥ ਦੇ ਹੱਥ ਦੋਸ਼ੀ ਕੋਈ ਆਉਂਦਾ ਹੀ ਨਹੀਂ ਹੈ, ਉਹ ਪੁਲਿਸ ਲੈ ਜਾਂਦੀ ਆ, ਤੇ ਪੁਲਿਸ ਨੇ ਅੱਜ ਤੱਕ ਇਨਵੈਸਟੀਗੇਸ਼ਨ ਕਰਕੇ ਕੱਢਿਆ ਹੀ ਨਹੀਂ ਹੈਗਾ ਕਿ ਪਿੱਛੇ ਕੌਣ ਆ, ਜੇ ਕੱਢਿਆ ਹੁੰਦਾ ਤਾਂ ਅੱਜ ਨਿਰਮਲਜੀਤ ਸਿੰਘ ਨੂੰ ਹੋ ਸਕਦਾ ਗੋਲੀ ਨਾ ਚਲਾਉਣੀ ਪੈਂਦੀ, ਉਹਨੂੰ ਕਾਨੂੰਨ ਤੇ ਵਿਸ਼ਵਾਸ ਬਣਿਆ ਹੁੰਦਾ, ਜੇ ਪਿਛਲੇ ਬੰਨੇ ਕੋਈ ਨਹੀਂ ਹੈ ਪਤਾ ਲੱਗਾ ਅੱਜ ਤੱਕ ਤੇ ਤਾਂ ਹੀ ਅੱਜ ਗੋਲੀ ਚਲਾਉਣੀ ਪਈ ਆ, ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਵਾਂ ਕਿ ਸ਼ਾਬਾਸ਼ ਨਿਰਮਲਜੀਤ ਸਿੰਘ, ਸ਼ਾਬਾਸ਼ ਜੀ, ਤੇਰੀ ਕਰਨੀ ਨੇ, ਤੇਰੀ ਧਰਮ ਦੀ ਦ੍ਰਿੜਤਾ ਨੇ, ਤੇਰੇ ਅੰਦਰ ਉੱਠੇ ਹੋਏ ਆਵਾਜ਼ ਨੇ ਅੱਜ ਬਹੁਤ ਸਾਰੇ ਤਪਦਿਆਂ ਹਿਰਦਿਆਂ ਦੇ ਉੱਤੇ ਠੰਡ ਪਾਤੀ ਆ, ਔਰ ਕੋਈ ਇਹੋ ਜਿਹਾ ਸਿਰ ਫਿਰਿਆ
ਅੱਗੇ ਵਾਸਤੇ ਗੁਰੂ ਘਰ ਜਾਣ ਵਾਸਤੇ ਸੋਚੇਗਾ ਕਿ ਉੱਥੇ ਨਿਰਮਲਜੀਤ ਸਿੰਘ ਵੀ ਖੜਾ ਹੋਊਗਾ ਜਾਂ ਗੁਰਪ੍ਰੀਤ ਸਿੰਘ ਨਿਹਾਲ ਸਿੰਘ ਵੀ ਖੜਾ ਹੋ ਸਕਦਾ ਹੈਨਾ। ਇਸ ਕਰਕੇ ਜਿਹੜੇ ਸੂਰਮਿਆਂ ਨੇ ਇਹ ਕੰਮ ਕੀਤਾ ਸਾਡੀ ਕੌਮ ਦਾ ਫਰਜ਼ ਵੀ ਆ ਵੀ ਅਸੀਂ ਉਹਨਾਂ ਦੇ ਨਾਲ ਖੜੇ ਹੋਈਏ, ਅਸੀਂ ਖੜੇ ਵੀ ਹੋਵਾਂਗੇ। ਹਾਂਜੀ ਬਿਲਕੁਲ ਜੀ, ਦਿਲ ਦੀਆਂ ਗਹਿਰਾਈਆਂ ਤੋਂ ਭਾਈ ਸੁਖਜੀਤ ਸਿੰਘ ਖੋਸਾ ਜੀ ਤੁਹਾਡੇ ਧੰਨਵਾਦੀ ਹਾਂ, ਤੇ ਸਮੇਂ ਸਮੇਂ ਦੇ ਉੱਪਰ ਤੁਸੀਂ ਜਾਣਕਾਰੀਆਂ ਸਾਨੂੰ ਮੁਹੱਈਆ ਕਰਵਾਉਂਦੇ ਹੋ, ਅਸੀਂ ਦਰਸ਼ਕਾਂ ਦੇ ਰੂਬਰੂ ਕਰਦੇ ਹਾਂ। ਜੇ ਫਿਰ ਵੀ ਮਨ ਦੇ ਵਿੱਚ ਸਾਡੇ ਕੋਈ ਸਵਾਲ ਹੋਇਆ ਜਾਂ ਦਰਸ਼ਕਾਂ ਵੱਲੋਂ ਆਇਆ ਤੇ ਅਸੀਂ ਤੁਹਾਡੇ ਨਾਲ ਜ਼ਰੂਰ ਗੱਲਬਾਤ ਕਰਾਂਗੇ। ਜਲਦੀ ਮਿਲਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।